ਦਰ ਫਰਾਂਸ ਦੇ ਇੱਕ ਚੋਟੀ ਦੇ ਫੌਜੀ ਅਧਿਕਾਰੀ ਨੇ ਵੀਰਵਾਰ ਨੂੰ ਕਿਹਾ ਕਿ ਜੇਕਰ ਸੀਰੀਆ ਦੇ ਉੱਤਰ ਸੂਬੇ ਇਦਲਿਬ ਵਿੱਚ ਅੱਤਵਾਦੀਆਂ ਵਿਰੁੱਧ ਕਾਰਵਾਈ ਵਿੱਚ ਰਸਾਇਣਿਕ ਹਥਿਆਰਾਂ ਦਾ ਇਸਤੇਮਾਲ ਕੀਤਾ ਗਿਆ ਤਾਂ ਉਹਨਾਂ ਦੀ ਫੌਜ ਸੀਰੀਆ ਤੇ ਹਮਲੇ ਲਈ ਤਿਆਰ ਹੈ। ਸੀਰੀਆ ਦੇ ਰਾਸ਼ਟਰਪਤੀ ਬਸ਼ਰ ਅਲ ਅਸਦ ਨੂੰ ਰੂਸ ਦਾ ਸਹਿਯੋਗ ਪ੍ਰਾਪਤ ਹੈ ਤੇ ਸੀਰੀਆਈ ਫੌਜ ਦੇ ਸਮਰਥਕਾਂ ਵੱਲੋਂ ਕਈ ਹਫ਼ਤੇ ਤੱਕ ਬੰਬਾਰੀ ਤੇ ਗੋਲੀਬਾਰੀ ਤੋਂ ਬਾਅਦ ਮੰਗਲਵਾਰ ਨੂੰ ਇਦਲਿਬ ਵਿੱਚ ਬਾਗੀਆਂ ਖਿਲਾਫ਼ ਹਵਾਈ ਹਮਲਿਆਂ ਦੀ ਸ਼ੁਰੂਆਤ ਕੀਤੀ ਗਈ ਸੀ। ਫਰਾਂਸ ਦੇ ਹਥਿਆਰਬੰਦ ਬਲਾਂ ਦੇ ਮੁੱਖ ਪੱਤਰਕਾਰਾਂ ਨੂੰ ਕਿਹਾ ਗਿਆ ਕਿ ਜੇਕਰ ਇਦਲਿਬ ਵਿੱਚ ਰਸਾਇਣਿਕ ਹਥਿਆਰਾਂ ਦੀ ਵਰਤੋਂ ਹੋਈ ਤਾਂ ਅਸੀਂ ਹਮਲੇ ਲਈ ਤਿਆਰ ਹਾਂ। ਅਪ੍ਰੈਲ ਵਿੱਚ ਫਰਾਂਸ, ਅਮੈਰੀਕਾ ਤੇ ਬ੍ਰਿਟੇਨ ਨੇ ਸ਼ੱਕੀ ਜ਼ਹਿਰੀਲੀ ਗੈਸ ਹਮਲੇ ਦੇ ਵਿਰੋਧ ਵਿੱਚ ਸੀਰੀਆ ਸਰਕਾਰ ਸਮਰਥਕਾਂ ਨੂੰ ਨਿਸ਼ਾਨਾ ਬਣਾ ਕੇ 100 ਤੋਂ ਵੱਧ ਮਿਜ਼ਾਈਲਾਂ ਦਾਗੀਆਂ ਸਨ।